ਇਹ ਦੋ ਚੀਜ਼ਾਂ ਮਿਲਾ ਕੇ ਲਗਾਤਾਰ 7 ਦਿਨ ਸਵੇਰੇ ਖਾਲੀ ਪੇਟ ਖਾ ਲਓ। ਜੋੜਾਂ ਦਾ ਦਰਦ, ਕੋਲੇਸਟ੍ਰੋਲ, ਪੇਟ ਦੀ ਚਰਬੀ, ਡਾਇਬਟੀਜ਼, ਪੇਟ ਦੀ ਗੈਸ ਅਤੇ ਕਮਰ ਦਰਦ ਬਿਲਕੁਲ ਠੀਕ ਹੋ ਜਾਵੇਗਾ। ਦੋਸਤੋ, ਇਸ ਤੋਂ ਇਲਾਵਾ ਜੇ ਤੁਹਾਨੂੰ ਦਿਲ ਸੰਬੰਧੀ ਕੋਈ ਵੀ ਸਮੱਸਿਆ ਹੈ, ਬਲੌਕੇਜ ਹੋ ਗਈ ਹੈ, ਬਲੱਡ ਸਰਕੂਲੇਸ਼ਨ ਠੀਕ ਨਹੀਂ ਹੈ, ਖੂਨ ਗੰਦਾ ਹੋ ਗਿਆ ਹੈ ਜਾਂ ਫਿਰ ਲੀਵਰ ਵਿੱਚ ਕੋਈ ਵੀ ਸਮੱਸਿਆ ਹੈ, ਤਾਂ ਇਹ ਸਭ ਸਮੱਸਿਆਵਾਂ ਪੂਰੀ ਤਰ੍ਹਾਂ ਠੀਕ ਹੋ ਜਾਣਗੀ। ਦੋਸਤੋ, ਤੁਸੀਂ ਇਸ ਚੀਜ਼ ਦਾ ਸਵੇਰੇ ਖਾਲੀ ਪੇਟ ਜਾਂ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਸੇਵਨ ਕਰਨਾ ਹੈ। ਕੁਝ ਦਿਨ ਦੇ ਅੰਦਰ ਅੰਦਰ ਤੁਹਾਨੂੰ ਇਸ ਦਾ ਅਸਰ ਦਿਖਣ ਲੱਗੇਗਾ। ਹੁਣ ਤੁਹਾਨੂੰ ਦੱਸਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਅਤੇ ਇਹਨਾਂ ਨੂੰ ਲੈਣਾ ਕਿਸ ਤਰ੍ਹਾਂ ਹੈ। ਇਸ ਤੋਂ ਪਹਿਲਾਂ ਜੇ ਤੁਸੀਂ ਸਾਡਾ ਫੇਸਬੁੱਕ ਅਤੇ ਯੂਟਿਊਬ ਚੈਨਲ ਸਿਹਤ ਪੰਜਾਬ ਹੈਲਥ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ। ਦੋਸਤੋ, ਉਹ ਚੀਜ਼ਾਂ ਹਨ ਕਲੌਂਜੀ ਅਤੇ ਮੇਥੀ ਦਾਣਾ। ਦੋਸਤੋ, ਕਲੌਂਜੀ ਹਾਈ ਬਲੱਡ ਪ੍ਰੈਸ਼ਰ ਦੇ ਲਈ ਇੱਕ ਨੈਚੁਰਲ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ। ਇਸ ਦੇ ਨਾਲ ਨਾਲ ਇਹ ਸਰੀਰ ਵਿੱਚ ਬੁਰੇ ਕੋਲੈਸਟ੍ਰੋਲ ਨੂੰ ਘਟਾਉਂਦੀ ਹੈ ਅਤੇ ਟਾਈਪ 2 ਡਾਇਬੀਟੀਜ਼ ਨੂੰ ਠੀਕ ਕਰਦੀ ਹੈ। ਇਸ ਦੇ ਨਾਲ ਨਾਲ ਇਹ ਮੋਟਾਪੇ ਨੂੰ ਘਟਾਉਂਦੀ ਹੈ ਅਤੇ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ। ਚਲੋ ਹੁਣ ਤੁਹਾਨੂੰ ਦੱਸਦੇ ਹਾਂ ਇਹ ਚੀਜ਼ਾਂ ਲੈਣੀਆਂ ਕਿਸ ਤਰ੍ਹਾਂ ਹਨ। ਦੋਸਤੋ, ਜੇ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਹੈ, ਸਰੀਰ ਵਿੱਚ ਵਾਤ ਵਧਿਆ ਹੋਇਆ ਹੈ, ਤਾਂ ਇਸ ਦੇ ਲਈ 1/4 ਚਮਚ ਕਲੌਂਜੀ ਅਤੇ 1/4 ਚਮਚ ਮੇਥੀ ਦਾਣਾ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸਵੇਰੇ ਇਸ ਪਾਣੀ ਨੂੰ ਉਬਾਲ ਕੇ ਪੀ ਲਓ ਅਤੇ ਦਾਣੇ ਚਬਾ ਚਬਾ ਕੇ ਖਾਓ। ਦੋਸਤੋ, ਇਸ ਤਰ੍ਹਾਂ ਲੈਣ ਨਾਲ ਸਰੀਰ ਦਾ ਸਾਰਾ ਦਰਦ ਠੀਕ ਹੋ ਜਾਵੇਗਾ। ਜੇ ਤੁਹਾਨੂੰ ਡਾਇਬਟੀਜ਼ ਹੈ ਜਾਂ ਫਿਰ ਬਲੱਡ ਪ੍ਰੈਸ਼ਰ ਵੱਧਦਾ ਹੈ, ਤਾਂ ਤੁਸੀਂ ਕਲੌਂਜੀ ਦੇ ਦਾਣੇ ਰੋਜ਼ਾਨਾ ਚਬਾ ਚਬਾ ਕੇ ਜ਼ਰੂਰ ਖਾਓ। ਦੋਸਤੋ, ਜੇ ਤੁਸੀਂ ਕਲੌਂਜੀ ਦੇ ਦਾਣੇ ਨਹੀਂ ਖਾ ਸਕਦੇ, ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ 1/2 ਚਮਚ ਕਲੌਂਜੀ ਦਾ ਤੇਲ 1 ਗਲਾਸ ਗੁਣਗੁਣੇ ਪਾਣੀ ਵਿੱਚ ਮਿਲਾ ਕੇ ਲੈ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਹਾਨੂੰ ਦਿਲ ਸੰਬੰਧੀ ਕੋਈ ਵੀ ਸਮੱਸਿਆ ਹੈ, ਬਲੌਕੇਜ ਹੋ ਗਈ ਹੈ, ਤਾਂ 1 ਚਮਚ ਕਲੌਂਜੀ ਦਾ ਤੇਲ ਗ੍ਰੀਨ ਟੀ ਵਿੱਚ ਮਿਲਾ ਕੇ ਲਓ। ਜੇ ਤੁਹਾਨੂੰ ਸਿਰ ਦਰਦ ਦੀ ਸਮੱਸਿਆ ਹੈ, ਮਾਈਗ੍ਰੇਨ ਦੀ ਸਮੱਸਿਆ ਰਹਿੰਦੀ ਹੈ, ਤਾਂ ਇਸ ਦੇ ਲਈ 1 ਕੱਪ ਪਾਣੀ ਵਿੱਚ ਲੈਮਨ ਗ੍ਰਾਸ ਮਿਲਾ ਕੇ ਉਬਾਲ ਲਓ ਅਤੇ ਫਿਰ ਇਸ ਵਿੱਚ 1 ਚਮਚ ਕਲੌਂਜੀ ਦਾ ਤੇਲ ਮਿਲਾ ਕੇ ਪੀਓ। ਤੁਰੰਤ ਸਿਰ ਦਰਦ ਠੀਕ ਹੋ ਜਾਵੇਗਾ। ਦੋਸਤੋ, ਇਸ ਤੋਂ ਇਲਾਵਾ ਜੇ ਤੁਹਾਡਾ ਮੋਟਾਪਾ ਬਹੁਤ ਜ਼ਿਆਦਾ ਵੱਧ ਗਿਆ ਹੈ, ਪੇਟ 'ਤੇ ਚਰਬੀ ਵੱਧ ਗਈ ਹੈ, ਤਾਂ 1/2 ਚਮਚ ਕਲੌਂਜੀ ਦਾ ਤੇਲ ਅਤੇ 1 ਚਮਚ ਸ਼ਹਿਦ ਗੁਣਗੁਣੇ ਪਾਣੀ ਵਿੱਚ ਮਿਲਾ ਕੇ ਦਿਨ ਵਿੱਚ 2 ਵਾਰ ਲਓ। ਕੁਝ ਦਿਨਾਂ ਵਿੱਚ ਤੁਹਾਡਾ ਮੋਟਾਪਾ ਘਟਣਾ ਸ਼ੁਰੂ ਹੋ ਜਾਵੇਗਾ। ਜੇ ਤੁਹਾਡੀਆਂ ਅੱਖਾਂ ਦੀ ਨਿਗਾਹ ਬਹੁਤ ਜ਼ਿਆਦਾ ਘੱਟ ਗਈ ਹੈ ਅਤੇ ਤੁਸੀਂ ਇਸ ਨੂੰ ਤੇਜ਼ ਕਰਨਾ ਚਾਹੁੰਦੇ ਹੋ, ਤਾਂ ਸਵੇਰੇ ਖਾਲੀ ਪੇਟ 1 ਗਲਾਸ ਗਾਜਰ ਦੇ ਜੂਸ ਵਿੱਚ 1/2 ਚਮਚ ਕਲੌਂਜੀ ਮਿਲਾ ਕੇ ਲਓ। ਇਸ ਤਰ੍ਹਾਂ ਲਗਾਤਾਰ 15 ਦਿਨ ਲੈਣ ਨਾਲ ਤੁਹਾਡੀਆਂ ਅੱਖਾਂ ਦੀ ਨਿਗਾਹ ਤੇਜ਼ ਹੋ ਜਾਵੇਗੀ। ਇਸ ਤੋਂ ਇਲਾਵਾ ਜੇ ਤੁਹਾਡੇ ਲੀਵਰ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ, ਗੰਦਗੀ ਜਮ੍ਹਾਂ ਹੋ ਗਈ ਹੈ, ਤਾਂ ਫਿਰ ਵੀ ਕਲੌਂਜੀ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਇਸ ਦੇ ਲਈ ਰੋਜ਼ਾਨਾ 1 ਗਲਾਸ ਪਾਣੀ ਵਿੱਚ 1/2 ਚਮਚ ਕਲੌਂਜੀ ਦਾ ਤੇਲ ਮਿਲਾ ਕੇ ਜ਼ਰੂਰ ਲਓ। ਦੋਸਤੋ, ਜੇ ਤੁਹਾਨੂੰ ਪੇਟ ਸੰਬੰਧੀ ਕੋਈ ਵੀ ਸਮੱਸਿਆ ਰਹਿੰਦੀ ਹੈ, ਗੈਸ, ਐਸੀਡਿਟੀ, ਵੱਧ ਹਾਜ਼ਮੀ ਦੀ ਸਮੱਸਿਆ ਹੈ, ਤਾਂ 1 ਚਮਚ ਕਲੌਂਜੀ ਅਤੇ 1 ਚਮਚ ਅਜਵਾਇਣ ਮਿਲਾ ਕੇ ਰੱਖ ਲਓ। ਜਦੋਂ ਵੀ ਤੁਸੀਂ ਰੋਟੀ ਬਣਾਉਂਦੇ ਹੋ, ਤਾਂ ਉਸ ਆਟੇ ਵਿੱਚ ਇਸ ਨੂੰ ਮਿਲਾ ਲਓ। ਤੁਹਾਨੂੰ 2-3 ਦਿਨ ਇਹ ਰੋਟੀ ਖਾਣ ਨਾਲ ਹੀ ਅਸਰ ਦਿਖਣ ਲੱਗੇਗਾ। ਇਸ ਨਾਲ ਤੁਹਾਨੂੰ ਕਦੇ ਵੀ ਪੇਟ ਸੰਬੰਧੀ ਕੋਈ ਸਮੱਸਿਆ ਨਹੀਂ ਹੋਵੇਗੀ। ਦੋਸਤੋ, ਇਸ ਤੋਂ ਇਲਾਵਾ ਜੇ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ, ਅਸਥਮਾ ਦੀ ਸਮੱਸਿਆ ਹੈ ਜਾਂ ਫਿਰ ਫੇਫੜਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੈ, ਤਾਂ ਇਸ ਦੇ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ 1 ਚਮਚ ਕਲੌਂਜੀ ਦਾ ਤੇਲ ਗੁਣਗੁਣੇ ਪਾਣੀ ਵਿੱਚ ਮਿਲਾ ਕੇ ਲੈ ਲਓ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਫੇਫੜੇ ਮਜ਼ਬੂਤ ਹੋ ਜਾਣਗੇ। ਦੋਸਤੋ, ਇਹ ਸੀ ਕਲੌਂਜੀ ਦੇ ਫਾਇਦੇ। ਉਮੀਦ ਹੈ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋਵੇਗੀ। ਵੀਡੀਓ ਦੇਖਣ ਲਈ ਧੰਨਵਾਦ।